वेलकम स्टूडेंट्स, लाइब्रेरी प्रोसीडिंग दे विच असी अज दो सैक्शन करने ने। सब तो पहला असी करांगे डेजर्टेशन सैक्शन, थीसिस सैक्शन भी कहंदे ने इहनू। ए ओ विभाग हुंदा जिथे रिसर्च करन वाले ने जिहड़े खोजार्थी, जिहड़े एमफिल जां पीएचडी करदे ने, वो अपने कोर्स दे दौरान खोज कार्ज करन लगे। इस विभाग का हिस्सा हुंदे ने। इन्हां दे खोज कार्जां नूं सांभ के रखिया जांदा लाइब्रेरी दे विच। जिहड़े जिहड़े इस दे मैंबर हुंदे ने जां जो भी पहलां उस टॉपिक दे उत्ते रिसर्च जिन्हां ने कीती हुंदी है, टॉपिक ने जिहड़े टॉपिक वाइज उह सांभ के रखे हुए हुंदे ने। जिहड़े स्टूडेंट जां जिहड़े विद्यार्थी खोज कार्ज करदे ने, उहनां दी खोज कार्ज दी इक कापी है जिहड़ी लाइब्रेरी च रखी जांदी है। इहनां नूं थीसिस ਕਿਹਾ ਜਾਂਦਾ ਜਾਂ ਡੈਜ਼ਰਟੇਸ਼ਨ ਕਿਹਾ ਜਾਂਦਾ, ਤਾਂ ਕਿ ਆਉਣ ਵਾਲੇ ਜਿਹੜੇ ਹੋਰ ਪਾਠਕ ਨੇ ਉਹਨਾਂ ਨੂੰ ਵੀ ਫਾਇਦਾ ਮਿਲ ਸਕੇ। ਇਹਨਾਂ ਥੀਸਿਸ ਨੂੰ ਵਿਸ਼ਿਆਂ ਅਧੀਨ ਅੱਖਰਵਾਰ ਜਾਂ ਵਰਗੀਕ੍ਰਿਤ ਸਕੀਮ ਅਧੀਨ ਵਿਸਤ੍ਰਿਤ ਕਰਕੇ ਰੱਖਿਆ ਜਾਂਦਾ ਏ। ਆਮ ਤੌਰ 'ਤੇ ਥੀਸਿਸ ਨੂੰ ਸੰਦਰਭ ਵਿਕਾਸ ਵਿੱਚ ਹੀ ਰੱਖਿਆ ਜਾਂਦਾ ਏ, ਕਿਉਂਕਿ ਇਹਨਾਂ ਨੂੰ ਵੀ ਲਾਇਬ੍ਰੇਰੀ ਤੋਂ ਬਾਹਰ ਲਿਜਾਣ ਦੀ ਆਗਿਆ ਨਹੀਂ ਹੁੰਦੀ। ਲਾਇਬ੍ਰੇਰੀਆਂ ਵਿੱਚ ਜਿੱਥੇ ਖੋਜ ਕਾਰਜ ਵੱਡੇ ਪੱਧਰ 'ਤੇ ਕੀਤਾ ਜਾਂਦਾ, ਉੱਥੇ ਖੋਜ ਨਿਬੰਧਾਂ ਅਤੇ ਖੋਜ ਪ੍ਰਬੰਧਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਅਜਿਹੇ ਹਾਲਤ ਵਿੱਚ ਸੰਦਰਭ ਵਿਭਾਗ ਦਾ ਕੰਮ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਜਿਸ ਕਾਰਨ ਉੱਥੇ ਅਲੱਗ ਰੂਪ ਵਿੱਚ ਥੀਸਿਸ ਜਾਂ ਡੈਜ਼ਰਟੇਸ਼ਨ ਵਿਭਾਗ ਬਣਾਉਣਾ ਪੈਂਦਾ ਹੈ, ਜੋ ਸਿਰਫ ਥੀਸਿਸ ਦੀ ਸਾਂਭ ਸੰਭਾਲ ਅਤੇ ਤਰਤੀਬੱਧ ਵਿਵਸਥਾ ਦਾ ਕਾਰਜ ਹੀ ਕਰਦਾ ਹੈ, ਲੋੜ ਅਨੁਸਾਰ ਪਾਠਕਾਂ ਨੂੰ ਵਾਚਣ ਲਈ ਇਹ ਉਪਲਬਧ ਕਰਵਾਉਂਦਾ ਏ। ਇਸ ਤਰ੍ਹਾਂ ਨਾਲ ਜਿਹੜਾ ਡੈਜ਼ਰਟੇਸ਼ਨ ਸੈਕਸ਼ਨ ਆ, ਉਹ ਤਕਰੀਬਨ ਉਹਨਾਂ ਵਿਦਿਆਰਥੀਆਂ ਲਈ ਜ਼ਿਆਦਾ ਲਾਭਵੰਦ ਹੁੰਦਾ ਏ ਜਿਹੜੇ ਖੋਜ ਦਾ ਕੰਮ ਕਰਦੇ ਨੇ, ਅਤੇ ਉਹਨਾਂ ਨੂੰ ਪਿਛਲੇ ਜਿਹੜੇ ਖੋਜ ਦੇ ਕੰਮ ਕੀਤੇ ਹੋਏ ਹੁੰਦੇ ਨੇ ਉਹਨਾਂ ਨੂੰ ਦੇਖਣ ਦੀ ਜ਼ਰੂਰਤ ਪੈਂਦੀ ਹੈ। ਅੱਗੇ ਅਸੀਂ ਕਰਦੇ ਹਾਂ ਪ੍ਰਬੰਧਕੀ ਅਤੇ ਵਿੱਤੀ ਵਿਭਾਗ, ਐਡਮਿਨਿਸਟ੍ਰੇਸ਼ਨ ਐਂਡ ਫਾਈਨਾਂਸ ਸੈਕਸ਼ਨ। ਨਾਮ ਤੋਂ ਹੀ ਤੁਹਾਨੂੰ ਸਪਸ਼ਟ ਆ ਕਿ ਇਹਦੇ ਵਿੱਚ ਉਹ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਜੋ ਲਾਇਬ੍ਰੇਰੀ ਦੇ ਪ੍ਰਸ਼ਾਸਨ ਅਤੇ ਪ੍ਰਬੰਧ ਨਾਲ ਜੁੜੀਆਂ ਹੁੰਦੀਆਂ ਨੇ। ਚੰਗਾ ਪ੍ਰਬੰਧਕੀ ਢਾਂਚਾ ਚੰਗੀ ਲਾਇਬ੍ਰੇਰੀ ਦੀ ਨਿਸ਼ਾਨੀ ਹੁੰਦਾ ਹੈ। ਕੋਈ ਵੀ ਸੰਸਥਾ ਉਦੋਂ ਤੱਕ ਚੰਗੀ ਤਰ੍ਹਾਂ ਕਾਰਜ ਨਹੀਂ ਕਰ ਸਕਦੀ ਜਦੋਂ ਤੱਕ ਕਿ ਸੰਦਰ ਕੰਮ ਕਰ ਰਹੇ ਵਿਅਕਤੀਆਂ ਦਾ ਆਪਸ ਵਿੱਚ ਸੰਸਥਾ ਦੇ ਕਾਰਜ ਅਤੇ ਸੇਵਾਵਾਂ ਨਾਲ ਚੰਗੀ ਤਰ੍ਹਾਂ ਤਾਲਮੇਲ ਸਥਾਪਿਤ ਨਹੀਂ ਹੁੰਦਾ। ਪ੍ਰਬੰਧਕੀ ਢਾਂਚੇ ਵਿੱਚ ਮੁੱਖ ਤੌਰ 'ਤੇ ਪਲਾਨਿੰਗ ਆਉਂਦੀ ਹੈ, ਯੋਜਨਾਬੰਦੀ, ਨੀਤੀ ਨਿਯਮਾਂ ਦਾ ਨਿਰਮਾਣ, ਰੂਲਸ ਅਤੇ ਰੈਗੂਲੇਸ਼ਨਸ ਨੇ ਜਿਹੜੇ ਉਹ ਬਣਾਉਣੇ, ਵਿਵਸਥਾ ਕਰਨਾ, ਸਟਾਫ ਨਿਯੁਕਤ ਕਰਨਾ, ਨਿਰਦੇਸ਼ਨ ਕਰਨਾ, ਤਾਲਮੇਲ ਸਥਾਪਿਤ ਕਰਨਾ, ਰਿਕਾਰਡ ਤਿਆਰ ਕਰਨੇ, ਰਜਿਸਟਰਾਂ ਦੀ ਸਾਂਭ ਸੰਭਾਲ, ਰਿਪੋਰਟਾਂ ਤਿਆਰ ਕਰਨਾ, ਬਜਟ ਤਿਆਰ ਕਰਨੇ ਆਦਿ ਇਹਦੇ ਕੰਮਾਂ ਦੇ ਵਿੱਚ ਸ਼ਾਮਲ ਹੁੰਦਾ ਹੈ। ਵੱਡੀਆਂ ਲਾਇਬ੍ਰੇਰੀਆਂ ਵਿੱਚ ਪ੍ਰਬੰਧਕੀ ਵਿਭਾਗ ਅਤੇ ਵਿੱਤੀ ਵਿਭਾਗ ਅਲੱਗ ਅਲੱਗ ਬਣਾਏ ਜਾਂਦੇ ਨੇ, ਪਰ ਛੋਟੀਆਂ ਲਾਇਬ੍ਰੇਰੀਆਂ ਵਿੱਚ ਪ੍ਰਬੰਧਕੀ ਵਿਭਾਗ ਹੀ ਵਿੱਤੀ ਕਾਰਜ ਕਰਦਾ ਹੈ। ਲਾਇਬ੍ਰੇਰੀ ਦੇ ਸਰੋਤਾਂ, ਲਾਇਬ੍ਰੇਰੀ ਦੇ ਸਾਜੋ ਸਮਾਨ, ਲਾਇਬ੍ਰੇਰੀ ਸਟਾਫ ਅਤੇ ਵਿੱਤ ਦਾ ਸਹੀ ਤਾਲਮੇਲ ਬਣਾ ਕੇ ਰੱਖਣਾ ਪ੍ਰਬੰਧਕੀ ਅਮਲੇ ਦੀ ਜ਼ਿੰਮੇਵਾਰੀ ਹੁੰਦੀ ਹੈ, ਤਾਂ ਜੋ ਲਾਇਬ੍ਰੇਰੀ ਪਾਠਕਾਂ ਨੂੰ ਵੱਧ ਤੋਂ ਵੱਧ ਸੇਵਾਵਾਂ ਪ੍ਰਦਾਨ ਕਰ ਸਕੇ ਅਤੇ ਲਾਇਬ੍ਰੇਰੀ ਦੀ ਕਾਰਜ ਪ੍ਰਣਾਲੀ ਹੈ ਜਿਹੜੀ ਉਹ ਸਹੀ ਢੰਗ ਨਾਲ ਚੱਲ ਸਕੇ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅੱਗੇ ਦੋ ਸੈਕਸ਼ਨ ਰਹਿੰਦੇ ਨੇ ਸਾਡੇ, ਉਹ ਕਰਾਂਗੇ ਅਸੀਂ। ਓਕੇ, ਥੈਂਕਸ।